हेलो 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 हेलो, अजी हाँ मुझे जस्ट थोड़ी आवाज दे दो। हेलो हेलो, थोड़ा इन बेस करो भाई। सो सब तो पहला महामाई के पवित्र चरणों के बीच सारी साध संगत को मेरे वालों जय माता दी, सारियां नूं इस जागरण दीआं लख लख मुबारकां। सो जिन्हां दे प्यार सदका, जिन्हां दे आशीर्वाद सदका मैनूं हाजरी भरण दा मौका मिलिआ, साडे फकीरी रूहां दरबार विच तशरीफ फरमाने आ, साडे साईं लोक, साडे फकर लोक। एक बार साईं लोकां दे नां ते जोरदार ताड़ी मार दो जरा हत्थ उपर करके, जिहड़े जिहड़े उहनां दे मुरीद बण के आए। साडे अलका मलका जी, इह जिहड़ा मेरे मूहरे घराना बैठा आ, बड़ा सुरीला आ। ਸੋ ਮੈਨੂੰ ਗਾਉਣਾ ਵਜਾਉਣਾ ਨਹੀਂ ਆਉਂਦਾ, ਕਿਉਂਕਿ ਨਾ ਹੀ ਕਲਾ ਮੇਰੇ ਵਿੱਚ ਕੋਈ, ਨਾ ਹੀ ਕਲਾਕਾਰ ਹਾਂ ਮੈਂ ਕੋਈ ਕਲਾਕਾਰ ਬਣ ਕੇ ਨਹੀਂ ਆਇਆ, ਨਾ ਹੀ ਕਲਾ ਮੇਰੇ ਵਿੱਚ ਕੋਈ, ਨਾ ਹੀ ਕਲਾਕਾਰ ਹਾਂ ਮੈਂ। ਕੁੱਤਾ ਤੇਰੇ ਦਰਦਾ ਮੇਰੇ ਸਾਈਂ ਜੀ, ਲੋਕਾਂ ਦਾ ਸੇਵਾਦਾਰ ਹਾਂ ਮੈਂ, ਤੁਹਾਡਾ ਸੇਵਾਦਾਰ ਹਾਂ ਮੈਂ, ਤੁਹਾਡਾ ਸੇਵਾਦਾਰ ਹਾਂ ਮੈਂ। ਸੋ ਇਜਾਜ਼ਤ ਦਿਓ ਮੈਨੂੰ ਸਭ ਤੋਂ ਪਹਿਲਾਂ ਗਣੇਸ਼ ਵੰਦਨਾ ਤੋਂ ਸ਼ੁਰੂਆਤ, ਉਸ ਤੋਂ ਬਾਅਦ ਦਾਦੀ ਮਾਂ ਦੇ ਚਰਨਾਂ। ਸਾਰੀ ਸੰਗਤ ਨੇ ਹੱਥ ਉੱਪਰ ਨੂੰ ਕਰਕੇ ਮੇਰੇ ਨਾਲ ਜੈਕਾਰਾ ਬੋਲਣਾ ਹੈ। ਜੈਕਾਰਾ ਗਣਪਤ ਮਹਾਰਾਜ ਦਾ ਬੋਲ ਸਾਚੇ ਦਰਬਾਰ ਕੀ, ਜੈਕਾਰਾ ਸ਼ੇਰਾਂ ਵਾਲੀ ਮਾਈ ਦਾ ਬੋਲ ਸਾਚੇ ਦਰਬਾਰ ਕੀ, ਜੈਕਾਰਾ ਸ਼ੰਕਰ ਭਗਵਾਨ ਜੀ ਦਾ ਬੋਲ ਸਾਚੇ ਦਰਬਾਰ ਕੀ, ਜੈਕਾਰਾ ਸੱਚੀਆਂ ਸਰਕਾਰਾਂ ਦਾ ਬੋਲ ਸਾਚੇ ਦਰਬਾਰ ਕੀ। ਥੋੜੀ ਥੋੜੀ ਰਿਪੀਟ ਕਰੋ ਭਾਜੀ। ਪ੍ਰਥਮੇ ਗੁਰੂ ਜੀ ਕੋ ਵੰਦਨਾ, ਸਾਰੇ ਮੁਰੀਦ ਬੈਠੇ ਉਹਨਾਂ ਦੇ, ਵਾਕਈ ਸੱਚੀ ਗੱਲ ਹੈ, ਜਿਹੜੇ ਜਿਹੜੇ ਸੱਚੀ ਨੀਤ ਨਾਲ ਬੈਠੇ ਆ, ਇੱਕ ਵਾਰ ਹੱਥ ਉੱਪਰ ਨੂੰ ਕਰ ਦਿਓ ਜ਼ਰਾ। ਕਹਿੰਦੇ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਰੱਬ ਉਹਨਾਂ ਨੂੰ ਮਿਲਦਾ, ਜਿਹੜੇ ਜਿਹੜੇ ਵਾਕਈ ਪਿਆਰ ਕਰਦੇ ਉਹਨਾਂ ਨੇ ਤਾੜੀ ਨਾਲ ਹਾਜ਼ਰੀ ਭਰਨੀ ਹੈ ਤੇ ਕੀ ਕਹਿਣਾ। ਗਣਪਤ ਦੇ ਜੋ ਭਗਤ ਪਿਆਰ ਹੱਥ ਜੋੜ ਕੇ ਆ ਜਾ ਸਾਰੇ, ਹੱਥ ਜੋੜ ਕੇ ਆ ਜਾ ਸਾਰੇ, ਹੱਥ ਜੋੜ ਕੇ ਆ ਜਾ ਸਾਰੇ। ਕਰੀ ਦੀ ਦੇ ਨੇ ਪਾ
ਦੇਖਿਆ ਮੈਂ ਪਹਿਲਾਂ ਕਿਹਾ ਸੀ ਕਿ ਸੱਚੀ ਰੀਤ ਨਾਲ ਬੈਠੇ ਹੋ, ਕਾੜੀ ਕਿਸੇ ਦੀ ਨਹੀਂ ਵੱਜ ਰਹੀ। ਹੱਥ ਪੁੰਨੂ ਕਰਕੇ ਤਾੜੀ ਮਾਰਨੀ ਹੈ ਮੇਰੇ ਨਾਲ ਜਿਹੜੀ ਪਿਆਰ ਕਰਦੇ ਆ ਉਹਨਾਂ ਨੂੰ। ਇੱਧਰੋਂ ਮੇਰੇ ਭਰਾ ਵੀ ਹੱਥ ਪੁੰਨੂ ਕਰਕੇ ਕੀ ਕਹਿਣਾ, ਜੈ ਜੈ ਸ਼੍ਰੀ ਗਣੇਸ਼ ਬੋਲੋ, ਜੈ ਜੈ ਸ਼੍ਰੀ ਭੈਣਾਂ ਦੀ ਦੇਖਦੇ ਕਿੰਨੀ ਆਵਾਜ਼ ਆ, ਕਿੰਨਾ ਕੁ ਲੰਗਰ ਖਾਧਾ। ਜੈ ਜੈ ਸ਼੍ਰੀ ਗਣੇਸ਼ ਬੋਲੋ, ਜੈ ਜੈ ਸ਼੍ਰੀ ਗਣੇਸ਼। ਇੱਧਰ ਵਾਕਈ ਖਾਧਾ ਬਾਬਾ ਜੀ, ਇਹ ਮੰਨਣ ਵਾਲੀ ਗੱਲ। ਹੁਣ ਮੇਰੇ ਵੀਰਾਂ ਦੀ ਆਵਾਜ਼ ਵੇਖਣੀ ਹੈ ਕਿੰਨੀ ਗਿਆ। ਜੈ ਜੈ ਸ਼੍ਰੀ ਗਣੇਸ਼ ਬੋਲੋ, ਜੈ ਜੈ ਸ਼੍ਰੀ ਗਣੇਸ਼। ਇੱਥੋਂ ਵਾਕਈ ਪਤਾ ਲੱਗਦਾ ਕਿ ਸੰਗਤ ਜਿਹੜੀ ਸੰਗਤ ਆ ਉਹ ਬੜੀ ਸ਼ਰਧਾ ਵਾਲੀ ਹੈ। ਆਪਣੇ ਨਾਂ ਤੇ ਇੱਕ ਵਾਰ ਤਾੜੀ ਮਾਰੋ ਦੇਣਾ। ਵਾਜੀ ਵਾਹ। ਉਹ ਜੈ ਜੈ ਸ਼੍ਰੀ ਗਣੇਸ਼ ਬੋਲੋ, ਜੈ ਜੈ ਸ਼੍ਰੀ ਕਿਰਪਾ ਕਰੋ, ਕਿਰਪਾ ਕਰੋ।
ਜਕਰਾ ਸ਼ੰਕਰ ਭਗਵਾਨ ਜੀ ਦਾ ਬੋਲ ਸੱਚੇ ਦਰਬਾਰ ਕੀ। ਕਿਹੜੇ ਜਾਣਾ ਚਾਹੁੰਦੇ ਆ ਉਹ ਕਿਹੜੇ ਕਿਹੜੇ ਆ? ਸ਼ਾਲੂ ਸਾਈ ਜੀ ਤੇ ਗੁਰਪਾਲ ਸਾਈ ਜੀ, ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਸਾਡੇ ਮਿਊਜ਼ਿਕ ਪਰਿਵਾਰ ਤੋਂ। ਤੈਨੂੰ ਸ਼ੁਕਰ ਗੁਜ਼ਾਰ ਆ ਸਾਈ, ਦਰਸ਼ਨ ਕਰਕੇ ਆਵਾਂਗੇ ਕਰਕੇ ਆਵਾਂਗੇ। ਹਾਂਜੀ, ਜਿਹੜੇ ਜਿਹੜੇ ਵਾਕਈ ਜਾਣਾ ਚਾਹੁੰਦੇ ਆ ਉਹਨਾਂ ਨੇ ਮਿੱਠੀ ਮਿੱਠੀ ਤਾੜੀ ਨਾਲ ਹਾਜ਼ਰੀ ਭਰਦੀ ਹੈ ਸਾਰੀ ਸੰਗਤ ਨੇ, ਠੀਕ ਹੈ ਜੀ? ਹਾਂਜੀ, ਚਲੋ ਚੱਲੀਏ ਚਿੰਤਾਪੁਰ ਨੀ ਨੂੰ ਦਰਸ਼ਨ ਕਰਕੇ ਆਵਾਂਗੇ। ਚਲੋ ਚੱਲੀਏ ਚਿੰਤਾਪੁਰਨੀ ਨੂੰ ਕਰਕੇ ਸਤਿ ਸ਼੍ਰੀ ਅਕਾਲ।
ਜੀ ਦਾ ਨਾਂ ਸੁਣਿਆ ਘਰ ਹੱਥ ਉੱਪਰ ਨੂੰ ਕਦੋਂ ਕਰਾਂ। ਮਾਂ ਦਾ ਸੱਚਾ ਭਗਤ ਹੋਇਆ ਜਿਹਨੇ ਆਪਣੀ ਮਾਂ ਨੂੰ ਮਨਾਇਆ। ਹੱਥ ਉੱਪਰ ਨੂੰ ਕਰਕੇ ਤਾੜੀ ਮਾਰਦੀ ਹੈ ਭਗਤ ਧਿਆਨੂ ਜੀ ਦੇ। ਭਗਤ ਧਿਆਨੂ ਵਾਂਗੂ ਨੱਚਣਾ, ਭਗਤ ਧਿਆਨੂ ਵਾਂਗੂ ਨੱਚਣਾ, ਅੱਜ ਪੈਰ ਵਿੱਚ ਘੁੰਗਰੂ ਪਾ ਕੇ। ਸੰਗੀਤਕ ਪਰਿਵਾਰ ਵਾਸਤੇ ਜ਼ੋਰ ਨਾਲ ਤਾੜੀ ਮਾਰ ਦਿਓ ਸਾਡੇ ਰਾਮ ਭਾਜੀ। ਬਹੁਤ ਅੱਛੇ ਤਬਲਾ ਪਲੇਅਰ ਭਾਜੀ ਆ, ਬਹੁਤ ਸੁਰੀਲੇ ਗਾਉਂਦੇ ਵੀ ਆ। ਸੋ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ। ਉਸ ਕਲਾਮ ਨੂੰ, ਉਸ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਮੁਹੱਬਤ ਦਿੱਤੀ। ਰੰਧਾਵਾ ਸਾਹਿਬ ਬਹੁਤ ਅੱਛੀ ਸਾਂਝ ਭਾਜੀ, ਥੋੜ੍ਹੀ ਥੋੜ੍ਹੀ ਰਿਪੀਟ ਕਰੋਗੇ। ਸਾ ਸਾ ਨੀ ਸਾ ਗਾ ਮਾ ਪਾ ਮਾ
ਮੈਨੂੰ ਗਾਉਣਾ ਨਹੀਂ ਆਉਂਦਾ। ਜੋ ਵੀ ਹੈ ਮਾੜਾ ਮੋਟਾ ਉਸਤਾਦਾਂ ਲੋਕਾਂ ਦਾ ਸਾਨੀ ਸਾ ਗਾ ਪਾ ਮਾ ਪਾ ਗਾ ਰੇ ਸਾਨੀ ਗਾਨੀ ਸਾ ਪੀਲੂ ਪੀਲੂ ਦਾ ਇੱਕ ਸੌ ਨੀ ਉਹ ਦਰਬਾਰੀ ਦਾ ਲੱਗਦਾ ਸਾਮਾ ਸਾਮਾ ਮਾ ਪਗਾ ਮਾਨੀ ਦਾਨੀ ਸਾਨੀ ਪਮਾ ਪਗਾ ਮਾਰੇ ਸਾਨੀ ਸਾ ਜਿਹੜਾ ਚਾਦਰ ਪੀਲਾ ਦਾ ਜਿਹੜਾ ਰਾਗ ਆ ਆਪਾਂ ਕਹਿ ਦਿੰਦੇ ਹਾਂ ਪੀਲੂ ਆ, ਪਰ ਇਹ ਦੋ ਤਿੰਨ ਰਾਗ ਮਿਕਸ ਹੋ ਕੇ ਜਿਹੜੇ ਇਹਦੇ ਵਿੱਚ ਇੱਕ ਇੱਕ ਸੁਰ ਲੱਗਦਾ ਆ ਉਹ ਦੋ ਤਿੰਨ ਰਾਗ ਮਿਕਸ ਹੋ ਕੇ ਉਹ ਫਿਰ ਇੱਕ ਰਾਗ ਬਣਦਾ ਹੈ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਕਲਾਮ ਜ਼ਰੂਰ ਅੱਛਾ ਲੱਗੇਗਾ। ਤੁਸੀਂ ਸਾਰੇ ਨੇ ਸੁਣਿਆ, ਬਹੁਤ ਪਿਆਰ ਦਿੱਤਾ, ਬਹੁਤ ਮੁਹੱਬਤ ਦਿੱਤੀ ਹੈ। ਆਓ ਭਾਈ ਜਿਹੜੇ ਜਿਹੜੇ ਪੀਰਾਂ ਦੇ ਪੀਰ ਦਸਤਗੀਰ ਜਨਾਬ ਗੌਸਪਾ ਗਿਆਨ ਵਾਲੀ ਸਰਕਾਰ ਦੇ ਗੁਲਾਮ ਬਣ ਕੇ ਆਏ ਆ ਉਹ ਤਾੜੀ ਮਾਰਿਓ, ਜਿਹੜੇ ਬਾਦਸ਼ਾਹ ਬਣ ਕੇ ਆਏ ਉਹ ਤਾੜੀ ਨਾ ਮਾਰਿਓ, ਜਿਹੜੇ ਜਿਹੜੇ ਉਹਨਾਂ ਦੇ ਗੁਲਾਮ ਬਣ ਕੇ ਆਏ ਉਹਨਾਂ ਨੇ ਤਾੜੀ ਮਾਰਨੀ ਹੈ ਮਿੱਠੀ ਮਿੱਠੀ ਤੇ ਕੀ ਕਹਿਣਾ। ਮੈਂ ਲੱਖਦਾ ਤੇਰੀ ਮੰਗਦੀ ਉਹਦੇ ਰੰਗ ਵਿੱਚ ਜਿੰਦੜੀ ਲੰਗਦੀ ਮਾਏ ਜਦ ਪੀਰਾਂ ਦੇ ਮੈਂ ਮੇ ਤਨੀ ਆਏ ਜਦ ਪੀਰਾਂ ਦੇ ਉਹ ਬਦਲੇ ਕਹਾਂ ਲਿਖੀਆਂ
ਪੀਰਾਂ ਦੇ ਦਰਬਾਰ ਤੋਂ ਪੁੱਤਾਂ ਦੀ ਦਾਤ ਮਿਲੀ ਹੈ। ਜਿਹੜੀਆਂ ਭੈਣਾਂ ਨੂੰ ਵੀਰ ਮਿਲਿਆ ਇੱਕ ਵਾਰ ਹੱਥ ਉੱਪਰ ਕਰਕੇ ਤਾਰੀ ਮਾਰ ਲੂੰਗਾ ਮਿਲਣਾ, ਠੀਕ ਆ ਨਾ। ਦਾਤਾ ਜੀ ਦੇ ਚਰਨਾਂ 'ਚ, ਫਕਰਾਂ ਦੇ ਚਰਨਾਂ 'ਚ ਹਾਜ਼ਰੀਆਂ ਮਨਜ਼ੂਰ ਕਰਿਓ। ਸੋ ਮੈਂ ਆਪਣੇ ਦਾਤਿਆਂ ਨੂੰ, ਆਪਣੇ ਮੁਰਸ਼ਦ ਨੂੰ ਕੀ ਕਹਿੰਦਾ ਜ਼ਰਾ ਗੌਰ ਕਰਿਓ। ਭੌਂਕਾ ਸਾਈਆਂ ਹੋਵੇ ਮੈਂ ਦਰ ਤੇਰੇ ਦੀ। ਇਹ ਦੁਨੀਆਦਾਰੀ ਦੀ ਗੱਲ ਦੱਸਣ ਲੱਗੇ ਕਿ ਦੁਨੀਆਦਾਰੀ ਕਿੱਦਾਂ ਦੀ, ਦੁਨੀਆਦਾਰੀ ਹੈ ਮਤਲਬ ਖੌਰੀ। ਇਹ ਦੁਨੀਆਦਾਰੀ ਦੀ ਗੱਲ ਦੱਸਣ ਲੱਗੇ ਹਾਂ ਕਿ ਦੁਨੀਆਦਾਰੀ ਕਿੱਦਾਂ ਦੀ ਹੈ, ਜ਼ਰਾ ਗੌਰ ਕਰਿਓ। ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ, ਪਿੱਛੋਂ ਪਿੱਛੇ ਦੀਵਾਰ ਚਲਾ ਜਾਂਦੇ। ਸ਼ਾਹ ਜਿਹੜਾ
ਨਜ਼ਦੀਕ ਹੁੰਦਾ ਲੋਕੀ ਰੱਬ ਨੂੰ ਵੇਚ ਕੇ ਆ ਜਾਂਦੇ। ਯਾਰੀ ਲਾ ਭਾਵੇਂ ਕਿਸੇ ਨਾਲ ਲੱਖ ਵਾਰੀ, ਦਾਦਾ ਜੀ ਤੁਹਾਡੇ ਵਾਸਤੇ ਇੱਕ ਸ਼ੇਰ ਆ, ਯਾਰੀ ਲਾ ਭਾਵੇਂ ਕਿਸੇ ਨਾਲ ਲੱਖ ਵਾਰੀ ਪਰ ਸਾਡੇ ਜੇ ਯਾਰੀ ਕਿਸੇ ਨਾਲ ਨਾ ਵੀ ਨਾ, ਉਹ ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ, ਉਮਰ ਗਏ ਤਾਂ ਦੋਨੋਂ ਗੁਲਾਮੀ ਨਾ। ਇਹ ਚਾਦਰ ਫਟੇ ਤਾਂ ਟਾਕੀ ਲੱਗੇ, ਇਹ ਚਾਦਰ ਫਟੇ ਤਾਂ ਟਾਕੀ ਲੱਗੇ, ਅੰਬਰ ਫਟੇ ਤਾਂ ਸੀਣਾ ਕੀ, ਖਸਮ ਮਰੇ ਤੈਨੂੰ ਹੋਰ ਬਥੇਰੇ, ਮੇਰਾ ਯਾਰ ਮਰੇ ਤਾਂ ਜੀਣਾ। ਇਹ ਉਹ ਯਾਰੀ ਨਹੀਂ ਜਿਹੜੀ ਅੱਜ ਕੱਲ੍ਹ ਸੜਕਾਂ 'ਤੇ ਤੁਰੀ ਫਿਰਦੀ ਹੈ, ਇਹ ਉਹ ਯਾਰੀ ਹੈ ਜਿਹੜਾ ਹਕੀਕਤ ਵਿੱਚ ਇਸ਼ਕ ਹੁੰਦਾ, ਜਿਹੜਾ ਪੀਰਾਂ ਫਕੀਰਾਂ ਦਾ ਇਸ਼ਕ ਆ, ਜਿਹਨੂੰ ਹਕੀਕੀ ਇਸ਼ਕ ਕਹਿੰਦੇ ਆ। ਇਹ ਮਜਾਜੀ ਇਸ਼ਕ ਦੀ ਗੱਲ ਨਹੀਂ। ਅੱਜ ਕੱਲ੍ਹ ਦੇ ਯਾਰ ਦੋਸਤ ਇੱਥੇ ਯਾਰ ਮੁਹੱਬਤਾਂ ਪਾ ਕੇ ਪੌੜੀ ਖਿੱਚਦੇ ਸਿਖਰ ਚੜ੍ਹਾ ਕੇ, ਜਿਹੜੀ ਅੱਜ ਕੱਲ੍ਹ ਦੀ ਯਾਰੀ ਦੋਸਤੀ ਹੈ। ਪਰ ਪਹਿਲਾਂ ਯਾਰੀ ਦੋਸਤੀ ਕਿੱਦਾਂ ਦੀ ਹੁੰਦੀ ਸੀ? ਇਹ ਸਰੀਰ ਮੇਰੇ ਨੂੰ ਕਰਿਓ ਇਸਤੇਮਾਲ, ਯਾਰੋ ਮੇਰੇ ਯਾਰ ਦਾ ਪਲੰਘ ਬਣਾਉਣ ਦੇ ਲਈ। ਪਲੰਘ ਮਤਲਬ ਹੁੰਦਾ ਮੰਜਾ। ਇਹ ਸਰੀਰ ਮੇਰੇ ਨੂੰ ਕਰਿਓ ਇਸਤੇਮਾਲ, ਯਾਰੋ ਮੇਰੇ ਯਾਰ ਦਾ ਪਲੰਘ ਬਣਾਉਣ ਦੇ ਲਈ। ਲੱਤਾਂ ਮੇਰੀਆਂ ਦੇ ਬਣਾ ਦਿਓ ਚਾਰ ਪਾਵੇ, ਬਾਹਾਂ ਰੱਖਿਓ ਸੇਰੂ ਪਾਉਣ ਦੇ ਲਈ, ਮੇਰੇ ਵਾਲਾਂ ਦਾ ਬੁਣਿਓ ਬਰੀਕ ਤਾਣਾ, ਤੇ ਖੱਲ ਰੱਖਿਓ ਹੇਠ ਵਛਾਉਣ ਦੇ ਲਈ, ਮੇਰੀ ਖੋਪੜੀ ਦਾ ਬਣਾ ਦਿਓ ਇੱਕ ਪਿਆਲਾ, ਹੁਣ ਮੇਰੇ ਯਾਰ ਨੂੰ ਜਾਮ ਪਲਾਉਣ ਦੇ ਲਈ। ਹੁਣ ਜੇਕਰ ਫਿਰ ਵੀ ਯਾਰ ਨਾਰਾਜ਼ ਹੋਵੇ, ਲੱਖ ਲਾਣ ਤਿਆਰ ਆਉਣੇ। ਇੱਦਾਂ ਦੀ ਯਾਰੀ ਦੋਸਤੀ ਸੀ ਪਹਿਲਾਂ। ਲੈਲਾ ਤੇ ਮਜਨੂੰ ਦੋ ਆਸ਼ਕ ਹੋਏ ਨੇ, ਲੈਲਾ ਤੇ ਮਜਨੂੰ ਦੋ ਆਸ਼ਕ ਹੋਏ ਨੇ। ਜਿਹੜਾ ਮਜਨੂੰ ਸੀ ਉਹ ਰੰਗ ਦਾ ਬਹੁਤ ਸੋਹਣਾ ਸੀ, ਪਰ ਉਹਦੀ ਲੈਲਾ ਰੰਗ ਦੀ ਬਹੁਤ ਕਾਲੀ ਸੀ। ਪਰ ਗੱਲ ਅੱਖ ਲੱਗੀ ਦੀ, ਗੱਲ ਇਸ਼ਕ ਦੀ ਏ। ਮਜਨੂੰ ਲੋਕੀ ਪਤਾ ਕੀ ਕਹਿੰਦੇ? ਮਜਨੂੰ ਨੂੰ ਲੋਕੀ ਆਖਣ ਤੇਰੀ ਲੈਲਾ ਰੰਗ ਦੀ ਕਾਲੀ। ਮਜਨੂੰ ਕਹਿੰਦਾ ਸੁਣ ਉਹ ਲੋਕੋ, ਤੁਹਾਡੀ ਅੱਖ ਨਹੀਂ ਵੇਖਣ ਵਾਲੀ, ਹੋ ਜੇ ਮੇਰੀਆਂ ਨਜ਼ਰਾਂ ਨਾਲ ਵੇਖੋ, ਜਾਵੇ ਨਾ ਸੁਰਤ ਸੰਭਾਲੀ, ਕੁਰਾਨ ਸ਼ਰੀਫ ਦੇ ਪੰਨੇ ਚਿੱਟੇ ਉੱਤੇ ਸਿਆਹੀ ਕਿਉਂ ਕਾਲੀ, ਹੋ ਗੁਲਾਮ ਪੁਰੀ ਦਾ ਜਿੱਥੇ ਅੱਖ ਲੱਗ ਜੇ ਉੱਥੇ ਕੀ ਗੋਰੀ ਕੀ ਕਾਲੀ। ਉਹਦੇ ਗੱਲ ਅੱਖ ਲੱਗੀ ਦੀ। ਜਿਹੜੇ ਫਕੀਰ ਬੈਠੇ ਆ, ਫਕੀਰੀ ਕਰਨੀ ਕੋਈ ਸੌਖੀ ਗੱਲ ਨਹੀਂ। ਉਹਨਾਂ ਫਕੀਰਾਂ ਨੂੰ ਪੁੱਛੋ ਜਿਹੜੇ ਫਕੀਰ ਹੋ ਗਏ। ਇਹ ਦੁਨੀਆ ਕਹਿੰਦੀ ਹੈ ਪੀਰ ਫਕੀਰ ਚਿਲਵਾ ਪੀਂਦੇ ਨੇ, ਸੂਟੇ ਪੀਂਦੇ ਨੇ, ਉਹਨਾਂ ਨੂੰ ਦੁਨੀਆਦਾਰੀ ਦੀ ਸੁਰਤ ਨਹੀਂ। ਪਰ ਦੁਨੀਆਦਾਰੀ ਨੂੰ ਇਹ ਨਹੀਂ ਪਤਾ ਉਹ ਕਿਹੜੀ ਮੌਤ ਚ ਪੀਂਦੇ। ਕਹਿੰਦੇ ਜਿਹਨਾਂ ਪਰ ਪਰ ਚਿਲਵਾ ਪੀਤੀਆਂ ਨੇ ਮੂੰਹ ਅੱਡੇ ਤੇ ਅੱਖਾਂ ਮੀਟੀਆਂ ਨੇ, ਜਿਹਨਾਂ ਪਰ ਪਰ ਚਿਲਵਾ ਪੀਤੀਆਂ ਨੇ ਮੂੰਹ ਅੱਡੇ ਤੇ ਅੱਖਾਂ ਮੀਟੀਆਂ ਨੇ, ਉਹ ਲੋਕੀ ਕਹਿੰਦੇ ਸੌ ਗਿਆ ਪਰ ਸਾਰੀ ਰਾਤ ਆਪਣੇ ਬਾਪੂ ਨਾਲ ਗੱਲਾਂ ਕੀਤੀਆਂ ਨੇ, ਰਮਜਾ ਸ਼ਾਹ ਨਾਲ ਗੱਲਾਂ ਕੀਤੀਆਂ। ਤਾੜੀ ਮਾਰ ਦੋ ਜਿਹੜੇ ਜਿਹੜੇ ਫਕੀਰਾਂ ਨੂੰ ਪਿਆਰ ਕਰਨ ਵਾਲੇ। ਇਹ ਫਕੀਰੀ ਐਵੇਂ ਨਹੀਂ ਹੁੰਦੀ ਕਿ ਸੌਂਦੇ ਨਹੀਂ, ਫਕੀਰ ਸਾਰੀ ਰਾਤ ਰਹਿੰਦੇ ਜਾਗਦੇ, ਆਸ਼ਿਕ ਨੇ ਹੁੰਦੇ ਇਹ ਰੱਬ ਦੀ ਨਮਾਜ਼ ਦੇ ਹਰ ਹਾਲ ਵਿੱਚ ਰੱਖਦੇ ਨੇ ਮਾਲਕ ਨੂੰ ਰਾਜੀ। ਜੇ ਸੌ ਗਿਆ ਫਕੀਰ ਤੇ ਫਕੀਰੀ ਵਸੋ ਕਾਦੀ, ਜੇ ਸੌ ਗਿਆ ਫਕੀਰ ਤੇ ਫਕੀਰੀ ਵਸੋ। ਜਿਹੜੇ ਜਿਹੜੇ ਵਾਕੇ ਕੁੱਤੇ ਦੀ ਜਗ੍ਹਾ ਮੰਗਦੇ ਉਹਨਾਂ ਨੇ ਤਾੜੀ ਨਾਲ ਹਾਜ਼ਰੀ ਭਰਨੀ ਆ। ਕੀ ਲਿਖਿਆ? ਕਾਲੇ ਕੱਪੜੇ ਪਾਏ ਕੋਈ ਨੇ, ਇਹ ਨਾ ਸੋਚਿਓ ਵੀ ਗੱਲ ਖੋਰੇ ਕਾਲੇ ਕੱਪੜੇ ਦੀ ਹੋ ਰਹੀ ਹੈ। ਇਹ ਗੱਲ ਕਾਲੇ ਕੱਪੜੇ ਦੀ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਕਾਲੇ ਦਿਲਾਂ ਦੀ। ਹੋ ਕਾਲੇ ਕੱਪੜੇ ਪਾਏ ਕੋਈ ਨੇ, ਹੋਏ ਨਾ ਤੈਨੂੰ ਲੁੱਟ ਲੈਣਾ, ਤੈਨੂੰ ਲੁੱਟ ਲੈਣਾ, ਆ ਜਿਹੜੇ ਆਪਣੇ ਬਣਾਏ ਹੋਏ ਬੈਠਾ ਹੋਵੇ ਜੇ ਸਾਹਮਣੇ ਐਨ ਮੁਰਸ਼ਦ, ਤੇ ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ, ਹੁੰਦੀ ਮਿਹਰਬਾਨ ਜੇ ਨਾਮ ਸਰਸਵਤੀ ਹੋ,
ਤੇ ਮੈਂ ਕਦੀ ਗਾ ਨਹੀਂ ਸਕਦਾ ਬਖਸ਼ ਹੁੰਦੀ ਨਾ ਤਾਕਤ ਮੇਰੇ ਪੈਰਾਂ ਮੈਂ ਚੱਲ ਕੇ ਆ ਨਹੀਂ ਸਕਦਾ ਹੋ ਮੇਰੀਆਂ ਦਰਦਾਂ ਤੋਂ ਖੁਸ਼ੀਆਂ ਬੇ ਸ਼ੁਮਾਰ ਸਾਈਆਂ ਇਹ ਦਰਦ ਛੱਡ ਕੇ ਮੈਂ ਹੋਰ ਕਿਤੇ ਵੀ ਜਾ ਨਹੀਂ ਸਕਦਾ ਜਿਹਨੇ ਜਿਹਨੂੰ ਗੱਲ ਦੀ ਸਮਝ ਲੱਗਦੀ ਉਹ ਤਾੜੀ ਜ਼ਰੂਰ ਮਾਰਿਆ ਕਰੋ ਹੁਣ ਜਿਹੜੇ ਜਿਹੜੇ ਵਾਕਈ ਕੁੱਤਿਆਂ ਦੀ ਜਗ੍ਹਾ ਮੰਗਦੇ ਆ ਉਹਨਾਂ ਨੇ ਮੇਰੇ ਨਾਲ ਤਾੜੀ ਨੂੰ ਹਾਜ਼ਰੀ ਭਰਨੀ ਹੈ ਠੀਕ ਹੈ ਜੀ ਹਾਂਜੀ ਇੱਕ ਨਜ਼ਰ ਕਲਮ ਦੀ ਕੀ ਕਹਿਣਾ ਮੇਰੇ ਸ਼ਹਿਨ ਸ਼ਾਹ ਮੈਨੂੰ ਪੁੱਤੀਆਂ ਚ ਰੱਖ ਲੈ ਹਰ ਇੱਕ ਗੱਲ ਸੱਚ ਮੰਨਿਓ ਵੀਰਵਾਰ ਨੂੰ ਇਕੱਲਾ ਸਰੀਰ ਜਾਂਦਾ ਰੂਹ ਨਹੀਂ ਜਾਂਦੀ ਕਿਉਂਕਿ ਸਾਡੀ ਰੂਹ ਹੋਰ ਹੀ ਕਿਤੇ ਭਟਕਦੀ ਹੁੰਦੀ ਉਹ ਮੈਂ ਹੋਰ ਕਿਸੇ ਤੋਂ ਕੀ
ਜਿਹੜੇ ਜਿਹੜੇ ਫਕੀਰਾਂ ਨੂੰ ਪਿਆਰ ਕਰਦੇ ਇੱਕ ਵਾਰ ਹੱਥ ਉੱਪਰ ਨੂੰ ਕਰੋ ਜ਼ਰਾ, ਕਿਉਂਕਿ ਜਿਹੜੇ ਫਕੀਰਾਂ ਦੇ ਜੁੱਤੇ ਆ ਨਾ, ਜਿਹੜੇ ਫਕੀਰਾਂ ਦੇ ਜੁੱਤੇ ਆ ਉਹਦੇ ਵਿੱਚੋਂ ਵੀ ਸਿੱਕੇ ਡਿੱਗਦੇ ਆ। ਕਿੱਦਾਂ ਕਿੱਦਾਂ ਡਿੱਗਦੇ ਬਹੁਤ ਸਾਰਾ ਆਸ਼ੀਰਵਾਦ, ਬਹੁਤ ਸਾਰਾ ਪਿਆਰ ਸਾਡੇ ਦਾਦਾ ਸਰਕਾਰ ਵੱਲੋਂ, ਸਾਡੇ ਫਕੀਰਾਂ ਵੱਲੋਂ, ਸਾਈਂ ਸ਼ਾਲੂ ਸਾਈਂ ਜੀ, ਗੁਰਪਾਲ ਸ਼ਾਹ ਜੀ, ਸਾਈਂ ਰਮਜਾਨ ਸ਼ਾਹ ਜੀ ਦਰਬਾਰ ਤੋਂ, ਟੋਡੀਆਂ ਤੋਂ ਬਹੁਤ ਸਾਰਾ ਆਸ਼ੀਰਵਾਦ, ਬਹੁਤ ਸਾਰਾ ਪਿਆਰ ਮੈਨੂੰ ਦਾਤਾ ਸਰਕਾਰ ਨੇ ਬਖਸ਼ਿਆ। ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦਿਓ ਸਰਕਾਰਾਂ ਦੇ ਨਾਂ 'ਤੇ, ਜਿਹੜੇ ਜਿਹੜੇ ਵਾਕਈ ਬਾਬਾ ਜੀ ਨੂੰ ਪਿਆਰ ਕਰਦੇ, ਜਿਹੜੇ ਵਾਕਈ ਉਹਨਾਂ ਨੂੰ ਮਰੀਜ਼ ਬਣ ਕੇ ਆਏ।
ਪਰ ਪੈਸੇ ਮੈਂ ਸਾਈਆਂ ਕੋਲ ਲੁੱਟ ਲੈਂਦਾ ਹੁੰਦਾ ਕਰ ਕਰਕੇ ਕਹਿੰਦਾ ਪੂਰੇ ਜੋੜ ਤੋੜ ਲਾ ਕੇ ਬਾਪੂ ਮੇਰਾ ਬਦੇ ਦਿੰਦੇ ਮੇਰੇ ਪਿਓ ਹੀ ਆਏ ਹੈ ਤੇ ਮੈਨੂੰ ਉਮਰ 'ਚ ਛੋਟੇ ਆ ਪਰ ਕੀ ਕਰਾਂ ਜੀ ਹੈ ਉਮਰ 'ਚ ਛੋਟੇ ਆ ਪਰ ਇਹਨਾਂ ਦੀ ਪਦਵੀ ਜਿਹੜੀ ਬਹੁਤ ਉੱਚੀ ਹੋ ਚੁੱਕੀ ਹੈ ਸਾਡੇ ਪਿਓ ਆਏ ਖਸਮ ਆ ਸਾਡੇ ਭੈਣ ਆ ਸਾਡੇ ਭਰਾ ਆ ਸਾਡੇ ਕੀ ਦਮ ਦਾ ਜੀ ਸਾਡੇ ਭਰਾਵਾਂ ਦੀ ਫਰਮਾਇਸ਼ ਕੀ ਦਮ ਦਾ ਇੱਕ ਵਾਰ ਮੇਰੇ ਕੀ ਦਮ ਦਾ ਭਰੋਸਾ ਯਾਰ ਦਮਿਆ ਬਿਨਾ ਸਮਝਾਉਂਦੀ ਆ ਕਿ ਇੱਥੋਂ ਏਦਾਂ ਕਰ ਲਓ ਇੱਥੋਂ ਏਦਾਂ ਕਰ ਲਓ ਪਰ ਸਾਡੇ ਸਾਈ ਲੋਕ ਕਹਿੰਦੇ ਤੂੰ ਜਗਤੇ ਆਪ ਪਰੋਣਾ ਏ ਤੂੰ ਜਗਤੇ ਆਪ ਪਰੋਣਾ ਏ ਤੂੰ ਕਿਸੇ ਨੂੰ ਕੀ ਸਮਝਾਉਣਾ ਏ ਤੂੰ ਜਗਤੇ ਆਪ ਪਰੋਣਾ ਏ ਤੂੰ ਕਿਸੇ ਨੂੰ ਕੀ ਸਮਝਾਉਣਾ ਜਦੋਂ ਕੋਈ ਮਰੀਜ਼ ਲਾਸਟ ਉਹਦੀ ਤਰੀਕ ਆ ਜਾਂਦੀ ਹੈ ਜਿਹੜੀ ਉਹਦੀ ਡੈਥ ਹੋਣ ਲੱਗਦੀ ਆ ਆਪਾਂ ਕਹਿੰਦੇ ਹਾਂ ਡਾਕਟਰ ਕਹਿੰਦੇ ਕਿ ਇਹਨੂੰ ਰੈਫਰ ਕਰਦੇ ਹੋ ਇਹਨੂੰ ਉੱਥੇ ਲੈ ਜਾਓ ਪਟਿਆਲੇ ਲੈ ਜਾਓ PGI ਲੈ ਜਾਓ ਪਰ ਸਾਡੇ ਸਾਈ ਲੋਕ ਕਹਿੰਦੇ ਜਿੰਨੇ ਸਾਲ ਲਿਖੇ ਕਰਮਾਂ ਵਿੱਚ ਬਾਦੂ ਨਾ ਇੱਕ ਵੀ ਆਉਣਾ ਜਿੰਨੇ ਸਾਲ ਲਿਖੇ ਕਰਮਾਂ ਵਿੱਚ ਬਾਦੂ ਨਾ ਇੱਕ ਵੀ ਆਉਣਾ ਸਾਡੇ ਭੈਣ ਭਰਾ ਨੇ ਸਾਡੇ ਮਾਂ ਪਿਓ ਨੇ ਸਾਡੇ ਧੀਆਂ ਪੁੱਤਰ ਨੇ ਪਰ ਜਦੋਂ ਮੌਤ ਦੀ ਹਨੇਰੀ ਵਗਣੀ ਉਦੋਂ ਕਿਸੇ ਨੇ ਆਣ ਨਹੀਂ ਖਲੋਣਾ ਭੈਣ ਭਾਈ ਧੀਆਂ ਪੁੱਤ ਤੇਰੇ ਭੈਣ ਭਾਈ ਧੀਆਂ ਪੁੱਤ ਤੇਰੇ ਇੱਕ ਦਿਨ ਤੈਨੂੰ ਛੱਡ ਦੇਣਗੇ ਮਾਰ ਗਿਆ ਜਦੋਂ ਭਾਰੀ ਉਡਾਰੀ ਘਰ ਚੋਂ ਤੈਨੂੰ ਕੱਢ ਦੇਣਗੇ ਲੱਕੜਾਂ ਦੇ ਵਿੱਚ ਦੇ ਕੇ ਤੇਰਾ ਫਸਤਾ ਵੱਟ ਦੇਣਗੇ ਜਾਫੜ ਲੱਕੜਾਂ ਦੇ ਵਿੱਚ ਦੇ ਕੇ ਫਸਤਾ ਵੱਟ ਦੇਣਗੇ
ਕਾਬਲ ਜਿਹੜੇ ਮੁਸਲਮਾਨ ਆ ਸੱਚੇ ਮੁਸਲਮਾਨ ਕਹਿੰਦੇ ਸਾਨੂੰ ਲੱਕੜਾਂ ਵਿੱਚ ਨਹੀਂ ਜਾਲਿਆ ਜਾਂਦਾ ਪਰ ਖੁਦਾ ਸਰਕਾਰ ਕਹਿੰਦੇ ਤੇਰਾ ਵੀ ਬੰਦੋਬਸਤ ਕੀਤਾ ਜੇ ਤੈਨੂੰ ਲੱਕੜਾਂ ਵਿੱਚ ਨਹੀਂ ਨਾ ਜਾਲਿਆ ਜਾਂਦਾ ਫਿਰ ਪਤਾ ਕੀ ਜਾਂ ਫਿਰ ਕਬਰ ਖੋਦ ਕਹਿੰਦੇ ਮਿੱਟੀ ਦੇ ਵਿੱਚ ਦੱਬ ਖੋਦ ਕੇ ਤੈਨੂੰ ਮਿੱਟੀ ਦੇ ਵਿੱਚ ਦੱਬ ਦੇਣਗੇ ਭਰੋਸਾ ਯਾਰ ਨਵਿਆਂ ਕੀ ਦਮ ਦਾ ਭਰੋਸਾ ਯਾਰ ਨਵਿਆਂ ਬਣਾਇਆ ਤਾੜੀ ਮਾਰ ਦੋ ਜ਼ਰਾ।